सच नानक हो सीबे सच। ਸਤਨਾਮ ਲੈ ਪੁਰਖ ਪਛਾਨੈ, ਸਤਨਾਮ ਲੈ ਬਚਨ ਪਰਮਾਨੈ, ਸਤਨਾਮ ਲੈ ਮਾਰਗ ਚਲਹੀ, ਤਾਕੋ ਕਾਲ ਨ ਕਬਹੂੰ ਦਲਹੀ। ਸ੍ਰੀ ਗੁਰੂ ਸ਼ਬਦ ਕਮਾਏ ਜਿਨ, ਜੀਤੇ ਪੰਚ ਵਕਾਰ, ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਗੁਰੂ ਸਵਾਰਿਓ, ਕੁਝ ਸਮੇਂ ਤੋਂ ਹੁਣ ਆਪਾਂ ਯੋਗ ਦੀਆਂ ਵਿਧੀਆਂ, ਸਿਮਰਨ ਦੀਆਂ ਵਿਧੀਆਂ, ਸਵਾਸਾਂ ਦੀਆਂ ਵਿਧੀਆਂ, ਜੋ ਸਾਡੇ ਸਤਿਪੁਰਸ਼ਾਂ ਨੇ, ਜਿਨ੍ਹਾਂ ਨੇ ਆਪ ਜਪਿਆ ਅਤੇ ਦੂਜਿਆਂ ਨੂੰ ਨਾਮ ਜਪਾਇਆ, ਜਿਨ੍ਹਾਂ ਨੇ ਆਪਣੇ ਅੰਦਰ ਆਪਣੀ ਊਰਜਾ ਪੈਦਾ ਕੀਤੀ, ਸ਼ਕਤੀ ਪੈਦਾ ਕੀਤੀ, ਅੰਦਰ ਕੁੰਡਲਨੀ ਆਪਣਾ ਅਹਿਮ ਪੈਦਾ ਕੀਤਾ ਅਤੇ ਉਸ ਪਰਮਾਤਮਾ ਦੇ ਨਾਲ ਇੱਕਮਿਕ ਹੋਏ, ਉਹਨਾਂ ਦੀਆਂ ਦੱਸੀਆਂ ਹੋਈਆਂ ਇਹ ਇਫੈਕਟਿਵ, ਪਾਵਰਫੁੱਲ, ਟ੍ਰਾਂਸਫੋਰਮਿੰਗ ਟੂਲਸ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਅੱਜ ਮੈਂ ਇੱਕ ਬਹੁਤ ਸਪੈਸ਼ਲ ਮੈਡੀਟੇਸ਼ਨ, ਇੱਕ ਧਿਆਨ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ। ਜੇ ਬਾਈ ਚਾਂਸ ਮੰਨ ਲਓ ਕਿ ਤੁਹਾਡੇ ਕੋਲ ਸਿੱਧਾ ਨਹੀਂ ਬੈਠਾ ਜਾਂਦਾ, ਕਈ ਵਾਰੀ ਰੀੜ੍ਹ ਦੀ ਹੱਡੀ ਦੀ ਪ੍ਰੋਬਲਮ ਆ, ਸੁੱਖ ਆਸਣ ਨਹੀਂ ਕੀਤਾ ਜਾਂਦਾ, ਜਾਂ ਹੋਰ ਵੀ ਆਸਣਾਂ ਦੇ ਵਿੱਚ ਤੁਸੀਂ ਨਹੀਂ ਬੈਠ ਸਕਦੇ, ਅਤੇ ਇਹ ਜਿਹੜੀ ਵਿਧੀ ਹੈ ਇਹ ਤੁਸੀਂ ਲੰਮੇ ਪੈ ਕੇ ਵੀ ਕਰ ਸਕਦੇ ਜੇ, ਇਹ ਤੁਸੀਂ ਸੌਣ ਤੋਂ ਪਹਿਲਾਂ ਵੀ ਕਰ ਸਕਦੇ ਹੋ। ਇਹ ਬਹੁਤ ਪਾਵਰਫੁੱਲ, ਬਹੁਤ ਇੰਸ਼ਨ ਤੂਲ ਹੈ। ਇਹਨੂੰ ਗੁਰਬਾਣੀ ਅੰਦਰ ਮਹਾਰਾਜ ਨੇ ਕਿਹਾ ਹੈ, ਧਿਆਨ ਕੀ ਕਰੇ ਬਹਿਭੂਤ। ਤੁਸੀਂ ਪੜ੍ਹਦੇ ਹੋ ਰੋਜ਼ ਹੀ, ਧਿਆਨ ਕੀ ਕਰੇ ਬਹਿਭੂਤ, ਕਿ ਧਿਆਨ ਦੀ ਬਹਿਭੂਤੀ ਕਿਵੇਂ ਲਾਣੀ ਆ। ਅਕਸਰ ਤੁਸੀਂ ਦੇਖਿਆ ਹੋਊਗਾ, ਸੁਣਿਆ ਹੋਊਗਾ, ਜੋ ਯੋਗੀ ਨੇ ਉਹ ਆਪਣੇ ਸਰੀਰ ਦੇ ਉੱਤੇ ਬਬੂਤੀ ਮਲਦੇ ਨੇ, ਰਾਖ ਮਲਦੇ ਨੇ, ਉਹਦਾ ਇੱਕ ਰੀਜ਼ਨ ਹੈ, ਉਹ 'ਚ ਕੋਈ ਆਪਾਂ ਖੰਡਨ ਨਹੀਂ ਕਰ ਰਹੇ। ਬਾਕੀ ਜੋ ਗੁਰਮਤ ਹੈ, ਗੁਰਮਤ ਅੰਦਰ ਧਿਆਨ ਦੀ ਬਬੂਤੀ ਮਹਾਰਾਜ ਨੇ ਵਰਣਨ ਕੀਤੀ ਹੈ। ਇਹ ਜਿਹੜੀ ਵਿਧੀ ਹੈ ਇਹ ਗੁਰੂ ਨਾਨਕ ਮਹਾਰਾਜ ਦੇ ਸਪੁੱਤਰ, ਯੋਗੀਆਂ ਦੇ ਜੋ ਯੋਗੀ ਸਨ, ਸਿੱਧ ਸਨ, ਜੋ ਪੂਰਨ ਸਾਧੂ ਸਨ, ਜਿਨ੍ਹਾਂ ਨੂੰ ਗੁਰੂ ਨਾਨਕ ਮਹਾਰਾਜ ਨੇ ਆਪ ਨਵਾਜਿਆ, ਜਿਨ੍ਹਾਂ ਨੂੰ ਗੁਰੂ ਨਾਨਕ ਮਹਾਰਾਜ, ਗੁਰੂ ਨਾਨਕ ਹਿਮਸੈਲਫ ਕਰਾਊਂਡ ਹਿਮ ਐਜ਼ ਦੀ ਪ੍ਰਿੰਸ ਆਫ ਸਪਿਰਿਚੁਐਲਿਟੀ, ਬਾਬਾ ਸ੍ਰੀ ਚੰਦ ਜੀ ਮਹਾਰਾਜ ਉਦਾਸੀਨ ਸੰਪਰਦਾ ਦੇ ਸੰਚਾਲਕ, ਇਹ ਉਹਨਾਂ ਦੀ ਵਿਧੀ ਆ। ਆਪਾਂ ਜੋ ਵਿਧੀਆਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਆਪਾਂ ਜਿਵੇਂ ਕਿ ਵਾਰ ਵਾਰ ਮੈਂ ਕਹਿ ਰਿਹਾ ਹਾਂ ਕਿ ਇਹ ਆਪਣੀਆਂ ਜਿਹੜੀਆਂ ਪੁਰਾਣੀਆਂ ਸੰਪਰਦਾਵਾਂ, ਸਾਧੂ ਮਹਾਂਪੁਰਖਾਂ ਦੀਆਂ ਜੋ ਵਿਧੀਆਂ ਨੇ, ਉਦਾਸੀਨ ਸੰਪਰਦਾ, ਨਿਰਮਲ ਸੰਪਰਦਾ ਮਹਾਰਾਜ ਦੀਆਂ ਜੋ ਚਲਾਈਆਂ ਹੋਈਆਂ ਨੇ, ਇਹ ਉਹਨਾਂ 'ਚੋਂ ਵਿਧੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ। ਤੋ ਧਿਆਨ ਕੀ ਕਰੇ ਬਿਭੂਤ, ਧਿਆਨ ਦੀ ਬਿਭੂਤੀ ਵੇਖੋ ਕਿੰਨੀ ਡੂੰਘਾਈ ਵਾਲੀ ਚੀਜ਼ ਆ। ਅੱਜ ਆਪਾਂ ਆਪਣੇ ਸਰੀਰ ਤੋਂ ਗਵਾਚੇ ਹਾਂ, ਸਾਨੂੰ ਪਤਾ ਨਹੀਂ ਕਿ ਸਾਡਾ ਤਨ ਵੀ ਹੈ। ਆਪਾਂ ਮਨ ਵਿੱਚ ਇਤਨੇ ਖਤਮ ਹੋ ਚੁੱਕੇ ਹਾਂ, ਮਨ ਦੀਆਂ ਵਿਚਾਰਾਂ, ਕਬਹੂ ਤੋਂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਠਾਂ ਭਾਲੇ। ਤੂੰ ਇੱਥੇ ਹੋ ਤਾਂ ਉੱਥੇ ਜਾਣਾ ਚਾਹੁੰਦੇ ਹੋ, ਉੱਥੇ ਹੋ ਤਾਂ ਇੱਥੇ ਆਉਣਾ ਚਾਹੁੰਦੇ ਹੋ। ਤੋ ਆਪਣੇ ਸਰੀਰ ਦੇ ਵਿੱਚ, ਆਪਣੇ ਇਸ ਪਲ ਦੇ ਵਿੱਚ ਕਿਵੇਂ ਆਈਏ, ਤਾਂ ਉਹ ਸਾਨੂੰ ਸਹਾਰਾ ਲੈਣਾ ਪਊਗਾ ਆਪਣੀ ਦੇਹ ਦਾ ਅਤੇ ਆਪਣੇ ਸਵਾਸਾਂ ਦਾ। ਗੁਰੂ ਪਿਆਰਿਓ, ਇਹ ਸੱਤ ਜਾਣਨਾ, ਦੇਹ ਦਾ ਅਤੇ ਸਵਾਸਾਂ ਦਾ ਸਹਾਰਾ, ਇਹਨਾਂ ਦੀ ਓਟ ਲੈਣੀ ਪਏਗੀ। ਇਹ ਪਰਮਾਤਮਾ ਨੇ ਬੜਾ ਸੋਹਣਾ ਇਹ ਯੰਤਰ ਬਣਾਇਆ ਹੈ, ਔਰ ਇਸ ਯੰਤਰ ਨੂੰ ਜਦੋਂ ਆਪਾਂ ਮੰਤਰ ਨਾਲ ਡਾਈਵਰਟ ਕਰਦੇ ਹਾਂ, ਉਸਨੂੰ ਕਹਿੰਦੇ ਨੇ ਤੰਤਰ। ਇਹ ਵੀ ਸਮਝ ਲੈਣਾ ਥੋੜ੍ਹਾ ਜਿਹਾ, ਇਹ ਪਰਮਾਤਮਾ ਨੇ ਯੰਤਰ ਬਣਾਇਆ ਹੈ ਅਤੇ ਜਦੋਂ ਮੰਤਰ ਭਾਵ ਆਪਣੇ ਮਨ ਦੇ ਨਾਲ ਆਪਾਂ ਆਪਣੇ ਸਰੀਰ ਨੂੰ, ਆਪਣੇ ਵਰਤਮਾਨ ਨੂੰ ਆਪਾਂ ਟਰਨ ਕਰ ਸਕੀਏ, ਆਪਾਂ ਮੋਡੀਫਾਈ ਕਰ ਸਕੀਏ, ਜਦੋਂ ਸਾਡਾ ਜੀਵਨ ਆਪਾਂ ਆਪਣੇ ਆਪ ਸਵਯਮ ਆਪਣੀ ਸ਼ਕਤੀ ਨਾਲ, ਆਪਣੀ ਊਰਜਾ ਨਾਲ ਡਾਇਰੈਕਟ ਕਰ ਸਕੀਏ, ਉਸ ਨੂੰ ਕਹਿੰਦੇ ਨੇ ਤੰਤਰ।
ਤੋ ਇਹੀ ਮੰਤਰ ਹੈ, ਇਹੀ ਜੰਤਰ ਹੈ, ਇਹੀ ਤੰਤਰ ਹੈ। ਨਮੋ ਮੰਤ੍ਰ ਮੰਤ੍ਰੰਗ ਨਮੋ ਜੰਤ੍ਰ ਜੰਤ੍ਰੰਗ, ਅਤੇ ਅੱਗੇ ਮਹਾਰਾਜ ਇਹ ਵੀ ਕਹਿੰਦੇ ਨਮੋ ਤੰਤ੍ਰ ਤੰਤ੍ਰੰਗ। ਤੋ ਇਹ ਸਰੀਰ ਹੈ। ਤੋ ਇਹ ਜਿਹੜੀ ਵਿਧੀ ਹੈ ਇਹਦੇ ਨਾਲ ਤੁਸੀਂ ਆਪਣੀ ਸੁਰਤ ਨੂੰ ਅਤੇ ਆਪਣੇ ਸਵਾਸਾਂ ਨੂੰ ਇੱਕ ਕਰਕੇ ਸਰੀਰ ਦੇ ਵਿੱਚ ਇਸ ਨੂੰ ਫੈਲਾਉਣਾ ਹੈ, ਪ੍ਰਵਾਹਿਤ ਕਰਨਾ ਹੈ। ਤੋ ਕਿਵੇਂ ਕਰਨਾ ਹੈ? ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਤੁਸੀਂ ਲੰਮੇ ਪੈ ਕੇ ਇਸ ਨੂੰ ਕਰ ਸਕਦੇ ਹੋ, ਔਰ ਬੈਸਟ ਟਾਈਮ ਇਸ ਨੂੰ ਕਰਨ ਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ। ਇਸ ਨੂੰ ਕਰਦੇ ਕਰਦੇ ਸੌ ਜਾਓ ਤਾਂ ਹੌਲੀ ਹੌਲੀ ਤੁਹਾਡੀ ਜਿਹੜੀ ਸੁਰਤ ਹੈ ਉਹ ਉਜਾਗਰ ਹੋਣ ਲੱਗ ਪਏਗੀ। ਜਿਹੜੀਆਂ ਮਨ ਦੀਆਂ ਅਵਸਥਾਵਾਂ ਨੇ, ਮਹਾਰਾਜ ਕਹਿੰਦੇ ਨੇ ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਈ, ਜਾਗਰਤ ਅਵਸਥਾ, ਸਵਪਨ ਅਵਸਥਾ ਅਤੇ ਸੁਸ਼ੁਪਤੀ ਅਵਸਥਾ, ਅਤੇ ਗਾੜੀ ਫਿਰ ਚੌਥੀ ਜਿਹੜੀ ਹੈ ਚੌਥਾ ਪਦ ਜਾਂ ਤੁਰਿਆ ਅਵਸਥਾ। ਜਦੋਂ ਆਪਾਂ ਜਾਗ੍ਰਿਤੀ ਵਿੱਚ ਇਸ ਨੂੰ ਇਤਨਾ ਡੂੰਘਾਈ 'ਚ ਲੈ ਗਏ ਕਿ ਆਪਾਂ ਆਪਣੇ ਸਵਪਨ ਅਵਸਥਾ ਵਿੱਚ ਵੀ ਇਹ ਧਿਆਨ ਕਰਨ ਲੱਗ ਪਏ, ਤਾਂ ਸਮਝੋ ਸਾਡੇ ਅੰਦਰ ਕੁਝ ਜਾਗ ਗਿਆ। ਇਸ ਗ੍ਰਹਿ ਮੇਂ ਕੋਈ ਜਾਗਤ ਰਹਿ ਸਾਬਤ ਬਸਤ ਉਹ ਆਪਣੀ ਲਹਿ, ਭਰ ਕਰ ਜਾਏ ਨਾ ਮਨ ਡੋਲਾਏ ਸਹਿਜ ਨਿਰੰਤਰ ਰਿਹਾ ਸਮਾਏ। ਇਹਦੇ 'ਚ ਰਹੇ, ਦੇਹ ਦੇ ਵਿੱਚ ਰਹੇ, ਭਰ ਕਰ ਜਾਏ ਨਾ ਮਨ ਡੋਲਾਏ, ਸੁਰਤ ਬਾਹਰ ਨਾ ਜਾਏ, ਸੁਰਤ ਤੁਹਾਡੇ ਭੀਤਰ ਰਹੇ। ਇੱਥੋਂ ਤੱਕ ਕਿ ਸੁਪਨਿਆਂ ਵਿੱਚ ਵੀ ਤੁਸੀਂ ਆਪਣੇ ਆਪ ਦੇ ਪ੍ਰਤੀ ਹੋਸ਼ ਵਿੱਚ ਆ ਜਾਓ, ਤੁਹਾਡੇ ਅੰਦਰ ਇੱਕ ਜਾਗ੍ਰਿਤੀ ਆ ਜਾਵੇ। ਤੋ ਇਹ ਹੈ ਧਿਆਨ ਕੀ ਕਰੇ ਬਿਭੂਤ। ਸਭ ਤੋਂ ਪਹਿਲਾਂ ਆਪਾਂ ਇੱਕ ਲੰਬਾ ਸਵਾਸ ਲੈ ਲੈਣਾ ਹੈ, ਔਰ ਮੈਂ ਇਹ ਵੀ ਦੱਸਦਾ ਇਹਦੇ ਨਾਲ ਸਰੀਰ ਦੇ ਜਿੰਨੇ ਰੋਗ ਨੇ ਉਹ ਆਟੋਮੈਟਿਕਲੀ ਹੀਲ ਹੋਣੇ ਸ਼ੁਰੂ ਹੋ ਜਾਣਗੇ, ਕਿਉਂਕਿ ਜਿੱਥੇ ਚਿੱਤ ਹੈ ਉੱਥੇ ਹੀ ਪ੍ਰਾਣ ਹੈ। ਦੇਖੋ ਆਪਾਂ ਚਿੱਤ ਨੂੰ ਅਤੇ ਪ੍ਰਾਣ ਨੂੰ ਇੱਕ ਕਰ ਰਹੇ ਹਾਂ, ਸੰਤੋ ਮਨ ਪਵਨ ਸੁੱਖ ਬਣਿਆ, ਮਹਾਰਾਜ ਕਹਿੰਦੇ ਨੇ ਸੰਤੋ ਮਨ ਪਵਨ ਸੁੱਖ ਬਣਿਆ ਕਿਛ ਯੋਗ ਪ੍ਰਾਪਤ ਗਣਿਆ। ਸੁੱਖ ਦੀ ਪ੍ਰਾਪਤੀ ਕਦੋਂ ਹੋਏਗੀ? ਜਦੋਂ ਮਨ ਅਤੇ ਪਵਨ ਦੀ ਆਪਸ 'ਚ ਇੱਕ ਮਿਕਤਾ ਹੋ ਜਾਏਗੀ, ਚਿੱਤ ਅਤੇ ਪ੍ਰਾਣ ਦੀ ਇੱਕ ਮਿਕਤਾ ਜਿਹੜੀ ਹੈ। ਇਸ ਨੂੰ ਕਹਿੰਦੇ ਨੇ ਮਿਰਕਲ, ਇਸ ਨੂੰ ਕਹਿੰਦੇ ਨੇ ਕਰਾਮਾਤ, ਇਸ ਨੂੰ ਕਹਿੰਦੇ ਨੇ ਕਰਾਮਾਤ। ਜਦੋਂ ਸਵਾਸ, ਜਦੋਂ ਤੁਹਾਡੀ ਸੁਰਤ ਅਤੇ ਤੁਹਾਡੇ ਪ੍ਰਾਣ ਇੱਕ ਹੋ ਗਏ ਤਾਂ ਸਮਝੋ ਕਰਾਮਾਤ ਹੋ ਗਈ, ਪੂਰੀ ਹੋਈ ਕਰਾਮਾਤ, ਇਹ ਕਰਾਮਾਤ। ਦੈਟ ਟਾਈਮ ਮਿਰੇਕਲਸ ਹੈਪਨ। ਕਾਰਨ ਮਿਰੇਕਲਸ ਕਿਉਂ ਨਹੀਂ ਹੋ ਰਹੇ? ਕਿਉਂਕਿ ਸਾਡੀ ਸੁਰਤ ਖੰਡਿਤ ਹੈ, ਅਸੀਂ ਕਿਤੇ ਹੋਰ ਹਾਂ, ਪ੍ਰਾਣ ਕਿਤੇ ਹੋਰ ਹਨ। ਜਦੋਂ ਇੱਕਮਿਕ ਹੋ ਗਏ ਉਸ ਵੇਲੇ ਗੁਰੂ ਪਿਆਰਿਓ ਮਿਰੇਕਲਸ ਹੈਪਨ ਹੁੰਦੀਆਂ ਨੇ। ਤੋ ਆਪਾਂ ਜਿੱਥੇ ਪ੍ਰਾਣ ਹੈ ਉੱਥੇ ਚਿੱਤ ਨੂੰ ਲਿਆਉਣਾ ਹੈ, ਜਹਾਂ ਚਿੱਤ ਤਹਾਂ ਪ੍ਰਾਣ, ਜਹਾਂ ਚਿੱਤ ਤਹਾਂ ਪ੍ਰਾਣ। ਅਤੇ ਜਿੱਥੇ ਪ੍ਰਾਣ ਹੈ ਉੱਥੇ ਪ੍ਰਾਣਪਤੀ ਹੈ, ਅਤੇ ਜਿੱਥੇ ਪ੍ਰਾਣ ਹੈ ਉੱਥੇ ਜ਼ਿੰਦਗੀ ਹੈ, ਜਿੱਥੇ ਪ੍ਰਾਣ ਹਨ ਉੱਥੇ ਹੈਲਥ ਹੈ, ਉੱਥੇ ਵੈਲਥ ਹੈ, ਉੱਥੇ ਪ੍ਰੋਸਪੈਰਿਟੀ ਹੈ, ਉੱਥੇ ਹੀਲਿੰਗ ਹੈ ਗੁਰੂ ਪਿਆਰਿਓ, ਉੱਥੇ ਜੀਵਨ ਹੈ, ਉੱਥੇ ਪਰਮਾਤਮਾ ਅਤੇ ਬ੍ਰਹਮ ਹੈ। ਕਿੰਨੀ ਵੱਡੀ ਟੂਲ ਗੁਰੂ ਪਿਆਰਿਓ, ਸਿੰਪਲ ਯੈਟ ਟ੍ਰਾਂਸਫਾਰਮਿੰਗ। ਗੁਰੂ ਦਾ ਜੋ ਗਿਆਨ ਹੈ ਬਹੁਤ ਸਿੰਪਲ ਹੈ। ਬਿਮਾਰੀਆਂ ਫਿਰ ਆਉਂਦੀਆਂ ਹਨ, ਚੋਰ ਫਿਰ ਆਉਂਦੇ ਹਨ, ਨੈਗੇਟਿਵ ਐਨਰਜੀ ਫਿਰ ਆਉਂਦੀ ਹੈ ਜੇ ਅਸੀਂ ਉੱਥੇ ਮੌਜੂਦ ਨਾ ਹੋਈਏ, ਉੱਥੇ ਮੌਜੂਦ ਨਾ ਹੋਈਏ। ਜਦੋਂ ਆਪਾਂ ਮੌਜੂਦ ਹੋਵਾਂਗੇ ਨੈਗੇਟਿਵ ਐਨਰਜੀ ਅੰਦਰ ਨਹੀਂ ਪ੍ਰਵੇਸ਼ ਕਰ ਸਕੇਗੀ, ਕਿਉਂਕਿ ਆਪਾਂ ਦੇਹ ਦੇ ਪ੍ਰਤੀ ਬੇਸੁਰਤ ਹਾਂ। ਇਸ ਕਰਕੇ ਸਾਡੀ ਦੇਹ ਦੇ ਵਿੱਚ ਇਮੋਸ਼ਨਸ, ਸਾਡੀ ਦੇਹ ਦੇ ਵਿੱਚ ਅਨਵਾਂਟਡ ਥੋਟਸ, ਅਨਵਾਂਟਡ ਮੈਮਰੀ, ਅਨਵਾਂਟਡ ਨੈਗੇਟਿਵ ਐਨਰਜੀ ਅਕਿਊਮੂਲੇਟ ਹੁੰਦੀ ਰਹਿੰਦੀ ਹੈ, ਜਿਹਦੇ ਕਰਕੇ ਸਮਾਂ ਪਾ ਕੇ ਅਸੀਂ ਬਿਮਾਰ ਹੋ ਜਾਂਦੇ ਹਾਂ। ਤੋ ਇਹ ਜਿਹੜੀ ਵਿਧੀ ਹੈ ਇਹ ਤੁਹਾਨੂੰ ਅੰਦਰ ਉਜਾਗਰ ਕਰੇਗੀ। ਯੂ ਵਿਲ ਬੀ ਅਵੇਲੇਬਲ ਇਨ ਯੋਰ ਹਾਊਸ ਕਿ ਪੰਜ ਚੋਰ ਨਾ ਅੰਦਰ ਆ ਸਕਣ, ਨੈਗੇਟਿਵ ਐਨਰਜੀ ਨਾ ਅੰਦਰ ਆ ਸਕੇ। ਤੋ ਇਹ ਜਿਹੜਾ ਧਿਆਨ ਹੈ ਇਹ ਤੁਹਾਨੂੰ ਬਿਲਕੁਲ ਉਜਾਗਰ ਕਰੇਗਾ। ਹੁਣ ਆਪਾਂ ਇਸ ਧਿਆਨ 'ਚ ਪ੍ਰਵੇਸ਼ ਕਰਾਂਗੇ। ਬਹੁਤ ਸਿੰਪਲ ਧਿਆਨ ਹੈ। ਆਪਾਂ ਇੱਕ ਲੰਬਾ ਸਵਾਸ ਲੈ ਲੈਣਾ ਹੈ, ਸਵਾਸ ਨੂੰ ਅੰਦਰ ਖਿੱਚ ਲੈਣਾ ਹੈ। ਸਵਾਸ ਨੂੰ ਅੰਦਰ ਖਿੱਚ ਕੇ ਆਪਾਂ ਸਭ ਤੋਂ ਪਹਿਲਾਂ ਆਪਣੀ ਜਿਹੜੀ ਸੁਰਤ ਹੈ ਉਹਨੂੰ ਮਸਤਕ ਦੇ ਵਿੱਚ ਲਿਆਉਣਾ ਹੈ। ਧਿਆਨ ਇੱਥੋਂ ਸ਼ੁਰੂ ਹੁੰਦਾ ਹੈ। ਮਹਾਰਾਜ ਕਹਿੰਦੇ ਨੇ ਪ੍ਰਗਟੇ ਗੋਪਾਲ ਮਹਾਂਤ ਕੇ ਮੱਥ ਹੈ। ਸੁਖਮਣੀ ਸਾਹਿਬ 'ਚ ਆਪਾਂ ਪੜ੍ਹਦੇ ਹਾਂ ਪ੍ਰਗਟੇ ਗੋਪਾਲ ਮਹਾਂਤ ਕੇ ਮੱਥ ਹੈ, ਭਾਵ ਜਿਹੜਾ ਮਹਾਤਮਾ ਹੈ
ਜਿਹੜਾ ਆਪਣੇ ਆਪ ਦੀ ਖੋਜ ਕਰ ਰਿਹਾ ਹੈ, ਜਿਹੜੀ ਆਤਮਾ ਦੀ ਖੋਜ ਕਰ ਰਿਹਾ ਹੈ, ਉਸ ਮਹਾਤਮਾ ਦੇ ਅੰਦਰ ਜਦੋਂ ਬ੍ਰਹਮ ਪ੍ਰਗਟ ਹੋਏਗਾ ਤਾਂ ਸਭ ਤੋਂ ਪਹਿਲਾਂ ਮਸਤਕ ਵਿੱਚ ਹੀ ਪ੍ਰਗਟ ਹੋਏਗਾ। ਤਾਂਹੀਓ ਅਕਸਰ ਧਿਆਨ ਦੀਆਂ ਬਹੁਤ ਵਿਧੀਆਂ ਜਿਹੜੀਆਂ ਹਨ ਇਹੀ ਕਹਿੰਦੀਆਂ ਹਨ ਕਿ ਮਸਤਕ ਦੇ ਵਿੱਚ, ਪ੍ਰਵੱਟਿਆਂ ਦੇ ਵਿੱਚ ਕਾਇ ਤੀਜਾ ਨੇਤਰ ਇਤਿਆਦਿ, ਜਿਸ ਦਾ ਜ਼ਿਕਰ ਕੀਤਾ ਜਾਂਦਾ ਹੈ। ਕਾਰਨ ਇਹੀ ਹੈ ਕਿ ਧਿਆਨ ਜਦੋਂ ਪ੍ਰਗਟ ਹੋਏਗਾ ਇੱਥੇ ਹੋਏਗਾ। ਤੋ ਆਪਾਂ ਇੱਕ ਲੰਬਾ ਸਵਾਸ ਲਾ ਲੈਣਾ ਹੈ। ਲੰਬਾ ਸਵਾਸ ਲੈ ਕੇ ਆਪਾਂ ਆਪਣੀ ਸੁਰਤ ਨੂੰ ਇੱਥੇ ਟਿਕਾਉਣਾ ਹੈ। ਜਦ ਤੱਕ ਤੁਸੀਂ ਸਵਾਸ ਨੂੰ ਰੋਕ ਸਕਦੇ ਹੋ ਤਦ ਤੱਕ ਤੁਸੀਂ ਸਵਾਸ ਨੂੰ ਰੋਕੀ ਰੱਖਣਾ ਹੈ ਔਰ ਧਿਆਨ ਇੱਥੇ ਆਪਣਾ ਟਿਕਾ ਕੇ ਰੱਖਣਾ ਹੈ। ਉਸ ਤੋਂ ਬਾਅਦ ਫਿਰ ਤੁਸੀਂ ਸਵਾਸ ਨੂੰ ਛੱਡ ਦੇਣਾ ਹੈ। ਫਿਰ ਇੱਕ ਲੰਬਾ ਸਵਾਸ ਲੈ ਲੈਣਾ ਹੈ ਔਰ ਫਿਰ ਆਪਣੀ ਸੁਰਤ ਨੂੰ ਆਪਣੇ ਦਿਮਾਗ ਵਿੱਚ, ਆਪਣੀ ਸਕਲ ਵਿੱਚ ਲਿਆਉਣਾ ਹੈ। ਇਵੇਂ ਮਹਿਸੂਸ ਕਰਨਾ ਹਾਂ ਕਿ ਮੈਂ ਇੱਥੇ ਹਾਂ, ਦਿਮਾਗ ਦੇ ਵਿੱਚ, ਸਕਲ ਦੇ ਵਿੱਚ, ਆਪਣੀ ਸਾਰੀ ਸਕਲ ਨੂੰ ਅਨੁਭਵ ਕਰਨਾ ਹੈ। ਜਦ ਤੱਕ ਤੁਸੀਂ ਸਵਾਸ ਰੋਕ ਸਕਦੇ ਹੋ ਤਦ ਤੱਕ ਸਵਾਸ ਨੂੰ ਰੋਕੋ। ਧਿਆਨ ਜੋ ਹੈ ਆਪਣੇ ਜੋ ਆਪਣਾ ਸਕਲ ਹੈ ਉਸ ਦਾ ਤੁਸੀਂ ਧਰਨਾ ਹੈ। ਉਸ ਤੋਂ ਬਾਅਦ ਤੁਸੀਂ ਸਵਾਸ ਛੱਡ ਦੇਣਾ ਹੈ। ਫਿਰ ਤੁਸੀਂ ਇੱਕ ਲੰਬਾ ਸਵਾਸ ਲੈਣਾ ਹੈ ਔਰ ਆਪਣੀਆਂ ਦੋਨੋਂ ਅੱਖਾਂ ਦਾ ਧਿਆਨ ਕਰਨਾ ਹੈ, ਆਪਣੇ ਅੱਖਾਂ ਨੂੰ ਅਨੁਭਵ ਕਰਨਾ ਹੈ। ਯੂ ਹੈਵ ਟੂ ਫੋਰਗੇਟ ਦੀ ਬਾਡੀ, ਜਸਟ ਬਿਕਮ ਅਵੇਅਰ ਆਫ ਦੀ ਟੂ ਆਈ। ਉਸ ਤੋਂ ਬਾਅਦ ਤੁਸੀਂ ਸਵਾਸ ਨੂੰ ਛੱਡ ਦੇਣਾ ਹੈ। ਉਸ ਤੋਂ ਬਾਅਦ ਫਿਰ ਤੁਸੀਂ ਇੱਕ ਲੰਬਾ ਸਵਾਸ ਲੈਣਾ ਹੈ, ਸਵਾਸ ਨੂੰ ਅੰਦਰ ਰੋਕ ਲੈਣਾ ਹੈ ਔਰ ਆਪਣੇ ਦੋਨੋਂ ਕੰਨਾਂ ਦਾ ਧਿਆਨ ਕਰਨਾ ਹੈ। ਤੋ ਇਹ ਵਿਭੂਤੀ ਚੱਲ ਰਹੀ ਹੈ, ਆਪਾਂ ਸਾਰੇ ਸਰੀਰ ਨੂੰ ਧਿਆਨ ਦੀ ਵਿਭੂਤੀ ਨਾਲ ਇੱਕਦਮ ਇੱਕਮਿੱਕ ਕਰ ਦੇਣਾ ਹੈ। ਗੁਰੂ ਪਿਆਰਿਓ, ਨਰੋਆ ਹੋ ਜਾਏਗਾ। ਕਈ ਤਰ੍ਹਾਂ ਦੇ ਰੋਗ ਜਿਹੜੇ ਅੰਦਰ ਜਮ੍ਹਾਂ ਹਨ, ਇਮੋਸ਼ਨਲ ਪ੍ਰੋਬਲਮਸ, ਸਾਈਕੋਲੋਜੀਕਲ ਇਸ਼ੂਸ, ਅਨਵਾਂਟਡ ਲਗੇਜ, ਅਨਵਾਂਟਡ ਬੈਗੇਜ ਆਫ ਮੈਮਰੀ, ਜਿਹੜੀ ਕਿ ਸਾਡੇ ਸਰੀਰ 'ਚੋਂ ਨਿਕਲਦੀ ਨਹੀਂ ਹੈ। ਆਪਾਂ ਕਹਿੰਦੇ ਨਾ, ਆਪਾਂ ਸਾਰਾ ਕੁਝ ਆਪਣੇ ਅੰਦਰ ਹੀ ਪਾ ਲਿਆ, ਤੋ ਅੰਦਰ ਕਿੰਨਾ ਕੁਝ ਪਾਈ ਜਾਵਾਂਗੇ। ਉਹਨੂੰ ਬਾਹਰ ਕੱਢਣ ਦਾ ਤਰੀਕਾ ਹੈ ਧਿਆਨ ਕੀ ਕਰੇ ਵਿਭੂਤ। ਇਸੇ ਤਰ੍ਹਾਂ ਮੈਂ ਤੁਹਾਨੂੰ ਗਾਈਡ ਕਰਦਾ ਜਾਊਂਗਾ। ਆਪਾਂ ਹੌਲੀ ਹੌਲੀ ਆਪਣੇ ਸ਼ੋਲਡਰਸ ਦੇ ਵਿੱਚ ਧਿਆਨ ਲਿਆਉਣਾ ਹੈ। ਉਸ ਤੋਂ ਬਾਅਦ ਫਿਰ ਆਪਾਂ ਆਪਣੇ ਜੋ ਸੱਜੀ ਬਾਂਹ ਹੈ, ਸੱਜੀ ਬਾਂਹ 'ਚ ਧਿਆਨ ਲਿਆਉਣਾ ਹੈ। ਉਸੇ ਤਰ੍ਹਾਂ ਫਿਰ ਆਪਾਂ ਆਪਣੇ ਹੱਥ ਵਿੱਚ ਧਿਆਨ ਲਿਆਉਣਾ ਹੈ। ਉਸੇ ਤਰ੍ਹਾਂ ਕਰਦੇ ਕਰਦੇ ਫਿਰ ਆਪਣੇ ਲੈਫਟ ਸਾਈਡ 'ਤੇ, ਕਰਦੇ ਕਰਦੇ ਆਪਣੀ ਛਾਤੀ 'ਤੇ, ਆਪਣੇ ਨੇਵਲ ਸੈਂਟਰ 'ਤੇ, ਸਟਮਕ 'ਤੇ, ਉਸ ਤੋਂ ਬਾਅਦ ਆਪਣੇ ਬੈਕ 'ਤੇ, ਇਸ ਤਰ੍ਹਾਂ ਕਰਦੇ ਕਰਦੇ ਆਪਾਂ ਪੈਰਾਂ ਤੱਕ ਆਉਣਾ ਹੈ। ਇਸ ਨੂੰ ਕਹਿੰਦੇ ਨੇ ਧਿਆਨ ਕੀ ਕਰੇ ਵਿਭੂਤ। ਇਹਨੂੰ ਤੁਸੀਂ ਸਾਈਕਲ, ਜੋ ਇੱਕ ਸਾਈਕਲ ਹੈ, ਇਹਨੂੰ ਤਿੰਨ ਸਾਈਕਲਾਂ ਕਰੋ, ਚਾਰ ਸਾਈਕਲਾਂ ਕਰੋ, ਪੰਜ ਸਾਈਕਲਸ ਕਰੋ। ਜਿੰਨਾ ਚਿਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਦ ਤੱਕ ਇਹ ਸਾਈਕਲਸ ਦੇ ਵਿੱਚ ਜਾਂਦੇ ਰਹੋ। ਇਸ ਤੋਂ ਇਲਾਵਾ ਡੂਰਿੰਗ ਦੀ ਡੇ, ਵੈਨ ਯੂ ਹੈਵ ਨਥਿੰਗ ਐਲਸ ਟੂ ਡੂ, ਆਪਣੀ ਦੇਹ ਦਾ ਧਿਆਨ ਕਰੋ। ਇਸ ਦੇਹ ਦੇ ਵਿੱਚ ਪਰਮਾਤਮਾ ਵਸਦਾ, ਇਹ ਹਰਿਮੰਦਰ ਇਹੋ ਸਰੀਰ ਹੈ। ਭੱਜ ਭੱਜ ਵੜਦਾ ਮੰਦਰ ਮਸੀਤੀ, ਕਦੀ ਮਨ ਆਪਣੇ ਵਿੱਚ ਵੜਿਆ ਹੀ ਨਾ। ਤੋ ਇਹ ਅੰਦਰ ਵੜਨ ਦਾ ਤਰੀਕਾ ਹੈ, ਨਾ ਮਸਜਿਦ ਦੀ ਨਾ ਮੰਦਰ ਦੀ, ਇਹ ਗੱਲ ਹੈ ਤੇਰੇ ਅੰਦਰ ਦੀ। ਆਹ ਜੇ ਗੁਰੂ ਪਿਆਰਿਓ ਉਹ ਤਰੀਕਾ, ਆਪਣੀ ਸੁਰਤ ਨੂੰ ਸਵਾਸਾਂ ਦੇ ਨਾਲ, ਪਵਨ ਨਾਲ ਜੋੜ ਕੇ ਆਪਣੇ ਸਾਰੇ ਸਰੀਰ ਦਾ ਤੁਸੀਂ ਧਿਆਨ ਧਰਨਾ, ਪੈਰਾਂ ਤੱਕ ਜਾਣਾ ਹੈ। ਤੋ ਗੁਰੂ ਪਿਆਰਿਓ, ਇਸ ਤੋਂ ਇਲਾਵਾ ਤੁਸੀਂ ਇਸ ਧਿਆਨ ਦੀਆਂ ਕੁਝ ਸਾਈਕਲਸ ਕਰਨ ਤੋਂ ਬਾਅਦ ਕੁਝ ਪਲਾਂ ਲਈ, ਫੋਰ ਐਗਜ਼ਾਮਪਲ, ਜੇ ਤੁਹਾਨੂੰ ਬੈਕ ਇਸ਼ੂ ਹੈ ਤੋ ਵਾਰ ਵਾਰ ਆਪਣੇ ਪ੍ਰਾਣਾਂ ਨੂੰ ਹੋਲਡ ਕਰਕੇ ਆਪਣੀ ਸੁਰਤ ਨੂੰ ਉੱਥੇ ਖੜੋ ਵਾਰ ਵਾਰ। ਇਹਦੇ ਨਾਲ ਕਿ ਕਿਉਂਕਿ ਜਹਾਂ ਚਿੱਤ ਤਹਾਂ ਪ੍ਰਾਣ, ਅਤੇ ਜਿੱਥੇ ਪ੍ਰਾਣ ਉੱਥੇ ਪ੍ਰਾਣਪਤੀ, ਅਤੇ ਜਿੱਥੇ ਪ੍ਰਾਣਪਤੀ ਉੱਥੇ ਇੱਕਦਮ ਹੀਲਿੰਗ ਹੋ ਜਾਂਦੀ ਹੈ, ਉੱਥੇ ਨਰੋਆਪਨ ਮਹਿਸੂਸ ਹੁੰਦਾ ਹੈ। ਤੋ ਇਸ ਤੋਂ ਇਲਾਵਾ ਤੁਸੀਂ ਕਿਸੇ ਵੀ ਚੱਕਰਾਂ ਦੇ ਉੱਤੇ, ਤੁਸੀਂ ਆਪਣੇ ਐਨਰਜੀ ਸੈਂਟਰ ਉੱਤੇ ਤੁਸੀਂ ਵਰਕ ਕਰਨਾ ਚਾਹੋ, ਨੇਵਲ ਸੈਂਟਰ 'ਚ ਵਰਕ ਕਰਨਾ ਚਾਹੋ, ਹਾਰਟ ਸੈਂਟਰ 'ਤੇ ਵਰਕ ਕਰਨਾ ਚਾਹੋ, ਤੁਸੀਂ ਇਨਹੇਲ ਕਰੋ ਔਰ ਉਸ ਸਪੈਸੀਫਿਕ ਚੱਕਰ ਦੇ ਉੱਤੇ ਆਪਣੀ ਸੁਰਤ ਨੂੰ ਟਿਕਾਓ। ਔਰ ਨਾਲ ਦੀ ਨਾਲ ਜਦੋਂ ਤੁਸੀਂ ਸਵਾਸ ਨੂੰ ਰੋਕਿਆ ਹੈ, ਯੂ ਕੈਨ ਈਵਨ ਵਿਜੁਅਲਾਈਜ਼ ਲਾਈਟ। ਤੁਸੀਂ ਮਹਿਸੂਸ ਕਰੋ ਵੀ ਇੱਥੇ ਜਿਵੇਂ ਤੁਸੀਂ ਧਿਆਨ ਧਰਿਆ ਹੋਇਆ ਹੈ, ਪ੍ਰਾਣ ਇੱਥੇ ਹਨ, ਚਿੱਤ ਵੀ ਇੱਥੇ ਹੈ ਔਰ ਇੱਥੇ ਪ੍ਰਕਾਸ਼ ਹੈ, ਔਰੇਂਜ ਕਲਰ ਦਾ ਪ੍ਰਕਾਸ਼, ਯੈਲੋ ਕਲਰ ਦਾ ਪ੍ਰਕਾਸ਼, ਲਾਲ ਰੰਗ ਦਾ ਪ੍ਰਕਾਸ਼ ਜਾਂ ਚਿੱਟੇ ਰੰਗ ਦਾ ਪ੍ਰਕਾਸ਼, ਜੋ ਤੁਹਾਨੂੰ ਠੀਕ ਲੱਗਦਾ ਹੈ, ਤੁਸੀਂ ਕਿਸੇ ਤਰ੍ਹਾਂ ਦਾ ਵੀ ਪ੍ਰਕਾਸ਼ ਅਨੁਭਵ ਕਰ ਸਕਦੇ ਹੋ।
ਤੋ ਗੁਰੂ ਪਿਆਰਿਓ, ਹੁਣ ਆਪਾਂ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਆਪਾਂ ਇਸ ਧਿਆਨ ਵਿੱਚ ਉਤਰਾਂਗੇ। ਸਤਨਾਮ। ਸੱਚ ਨਾਨਕ ਹੋਸੀ ਬੇ ਸੱਚ।